ਮਾਨਸਾ 'ਚ ਕਿਸਾਨਾਂ ਵੱਲੋਂ ਨਹਿਰੀ ਮਹਿਕਮੇ ਦਫ਼ਤਰ ਅੱਗੇ ਸ਼ੁਰੂ ਕੀਤੀ ਭੁੱਖ ਹੜਤਾਲ ਜਾਰੀ ਹੈ। ਸੰਘਰਸ਼ਕਾਰੀਆਂ ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲ੍ਹੇ ਦੇ 4 ਪਿੰਡਾਂ ਦੇ ਖੇਤੀਬਾੜੀ ਯੋਗ ਰਕਬੇ ਨੂੰ ਨਹਿਰੀ ਪਾਣੀ ਦੀ ਵੱਡੇ ਪੱਧਰ 'ਤੇ ਕਮੀ ਹੈ। ਮਾਨਸਾ ਵਿੱਚ ਨਹਿਰੀ ਮਹਿਕਮੇ ਦਫ਼ਤਰ ਅੱਗੇ ਹੜਤਾਲ 'ਤੇ ਬੈਠੇ ਕਿਸਾਨਾਂ ਨੇ ਐਲਾਨ ਕੀਤਾ ਕਿ ਹੁਣ ਤੱਕ ਉਹ ਹਰ ਹਾਲਤ ਵਿੱਚ ਮੰਗਾਂ ਪੂਰੀਆਂ ਕਰਵਾਉਣ ਤੋਂ ਬਾਅਦ ਹੀ ਉੱਠਣਗੇ। ਸੰਘਰਸ਼ਕਾਰੀ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਬਠਿੰਡਾ ਜ਼ਿਲ੍ਹੇ ਦੇ 4 ਪਿੰਡਾਂ ਦੇ ਖੇਤੀਬਾੜੀ ਵਾਲੇ ਰਕਬੇ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਕਿਸਾਨ ਕਰਜ਼ਈ ਹੋ ਕੇ ਖੁਦਕੁਸ਼ੀਆਂ ਦੇ ਰਾਹ 'ਤੇ ਪਏ ਹੋਏ ਹਨ। ਉਹਨਾਂ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਤੁਰੰਤ ਨਹਿਰੀ ਪਾਣੀ ਦੀ ਘਾਟ ਪੂਰੀ ਕਰਨ ਲਈ ਕਿਹਾ। ਸਾਡੇ ਇਹਨਾਂ ਨੇ 30 ਤਰੀਕ ਨੂੰ ਕਮਿਟਮੈਂਟ ਕੀਤਾ ਸੀ, ਵਾਅਦਾ ਕੀਤਾ ਸੀ ਵੀ 30 ਤਰੀਕ ਨੂੰ ਹਰ ਹਾਲ ਦੇ ਵਿੱਚ ਜਿਹੜਾ ਚੈਨਲ ਦਾ ਕੰਮ ਆ ਉਹ ਅਸੀਂ ਚਲਾ ਦਾਂਗੇ, ਪਰ ਇਹ ਵਾਅਦੇ ਤੋਂ ਭੱਜ ਕੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਆ, ਜਿਹਦਾ ਕਿ ਸਾਨੂੰ ਮਜਬੂਰੀ ਬਸ 31 ਤਰੀਕ ਨੂੰ ਫਿਰ ਮਰਨ ਵਰਤੇ ਬੈਠਣਾ ਪਿਆ। ਅੱਜ ਤੱਕ ਕੋਈ ਇੱਥੋਂ ਦੇ ਪ੍ਰਸ਼ਾਸਨ ਨੇ ਨਾ ਐਕਸ਼ਨ ਨੇ ਸਾਡੀ ਸੁਣਵਾਈ ਨਹੀਂ ਸੁਣੀ। ਅੱਜ ਅਸੀਂ ਜਿਹੜਾ ਜਿੱਥੇ ਨੇ ਮੁਲਾਜ਼ਮ ਨੇ ਅਤੇ ਦਫ਼ਤਰਾਂ ਦੇ ਵਿੱਚ ਸਾਡੀ ਮੰਗ ਹੈ ਵੀ ਜਿਹੜਾ ਐਕਸ਼ਨ ਨੇ ਸਾਡੇ ਨਾਲ 14 ਤਰੀਕ ਨੂੰ ਇੱਥੋਂ ਦਾ SSP SDM ਤਹਿਸੀਲਦਾਰ ਸਾਰਾ ਪ੍ਰਸ਼ਾਸਨ, ਇਕੱਲਾ ਸਾਡੇ ਨਾਲ ਨਹੀਂ ਧੋਖਾ ਕੀਤਾ ਇਸ ਐਕਸ਼ਨ ਨੇ, ਸਾਰੇ ਪ੍ਰਸ਼ਾਸਨ ਨਾਲ ਵੀ ਧੋਖਾ ਕੀਤਾ। ਜਿਹੜਾ 14 ਤਰੀਕ ਨੂੰ 15 ਤਰੀਕ ਨੂੰ ਸਾਡਾ BKU ਸਿੱਧੂਪੁਰ ਦਾ ਐਲਾਨ ਕੀਤਾ ਹੋਇਆ ਸੀ ਵੀ ਜੇ ਸਾਡਾ ਮਸਲਾ ਹੱਲ ਨਾ ਹੋਇਆ ਤਾਂ ਸਾਰੇ ਪੰਜਾਬ ਦੇ ਵਿੱਚ 2 ਘੰਟੇ ਟਰੈਕ ਜਾਮ ਕਰਾਂਗੇ। ਇੱਥੇ ਨੇ ਜ਼ੋਰ ਦੇ ਕੇ ਕਿਹਾ ਵੀ ਜੇ 30 ਤਰੀਕ ਤੱਕ ਮੈਂ, ਐਕਸ਼ਨ ਸਾਹਿਬ ਨੇ ਸਟੇਜ ਤੋਂ ਬੋਲਿਆ ਵੀ ਜੇ 30 ਤਰੀਕ ਤੱਕ ਮੈਂ ਜਿਉਂਦਾ ਰਹਿ ਗਿਆ ਤਾਂ ਠੀਕ ਹੈ, ਤਾਂ ਹਰ ਹਾਲਤ ਕੰਮ ਚਲਾਊਂਗਾ, ਜੇ ਮਰ ਗਿਆ ਤਾਂ ਵੱਖਰੀ ਗੱਲ ਹੈ। ਅੱਜ ਇਹਨੇ ਸਾਰਾ ਕੁਛ ਉਹ ਬੇਵਿਸ਼ਵਾਸੀ ਕੀਤੀ ਹੈ, ਬੇਵਿਸ਼ਵਾਸੀ ਦੇ ਕਾਰਨ ਕਰਕੇ ਜਿਹੜੇ ਇਹਦੇ ਮੁਲਾਜ਼ਮ ਹੈ, ਅੱਜ ਵੀ ਸਾਡੀ ਕੋਈ ਮੁਲਾਜ਼ਮਾਂ ਨਾਲ ਕਿਸੇ ਨਾਲ ਤੁੱਤ ਵਿਹਾਰ ਨਹੀਂ, ਨਾ ਕਿਸੇ ਨਾਲ ਦੁਸ਼ਮਣੀ ਹੈ। ਅੱਜ ਵੀ ਸਾਡੀ ਮੰਗ ਹੈ ਵੀ ਇਹਨੂੰ ਕਹੋ ਜਿਹੜੇ ਐਕਸ਼ਨ ਸਾਹਿਬ ਨੇ ਤੁਹਾਡੇ ਨਾਲ ਸਮਝੌਤਾ ਕੀਤਾ ਸੀ, ਅੱਜ ਦਫ਼ਤਰ ਛੱਡ ਕੇ ਕਿਉਂ ਬਾਹਰ ਹੈ, ਕਿਸਾਨਾਂ ਨਾਲ ਗੱਲ ਕਰੇ ਆ ਕੇ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ।